ਜੀ ਅਸਲਾਮ ਅਲੈਕੁਮ ਐਂਡ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਪਹੁੰਚ ਗਿਆ ਵਾਪਸ ਹਸਬੇ ਵਾਦਾ। ਤੁਹਾਨੂੰ ਕਿਹਾ ਸੀਗਾ ਕਿ ਤੁਹਾਨੂੰ ਲੈ ਕੇ ਚੱਲਣੇ ਹਾਂ ਅਸੀਂ ਸ਼ਹੀਦੀ ਅਸਥਾਨ, ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ 'ਤੇ ਲੈ ਕੇ ਚੱਲਣੇ ਹਾਂ, ਜਿੱਥੇ ਉਹਨਾਂ ਨੂੰ ਖੋਪੜ ਲਾ ਕੇ ਅਤੇ ਸ਼ਹੀਦ ਕੀਤਾ ਗਿਆ ਜਿਸ ਜਗ੍ਹਾ ਦੇ ਉੱਤੇ। ਅਸੀਂ ਉੱਥੇ ਆਪਣੇ ਵੀਰ ਨਿਸ਼ਾਨ ਸਿੰਘ ਨੂੰ ਲੈ ਕੇ ਆਏ ਹਾਂ, ਔਰ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਗੁਰੂ ਪਿਆਰੀ ਸੰਗਤ ਜੀ, ਨਾਲ ਦੀ ਨਾਲ ਦੋਸਤਾਂ ਨੂੰ, ਭੈਣਾਂ ਭਾਈਆਂ ਨੂੰ ਐਡ ਕਰਦੇ ਚੱਲੋ, ਤਾਂ ਕਿ ਆਪ ਜੀ ਨੂੰ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ ਦੇ ਦਰਸ਼ਨ ਕਰਾਈਏ। ਇਸ ਵੇਲੇ ਮੈਂ ਗੁਰਦੁਆਰਾ ਸ੍ਰੀ ਸ਼ਹੀਦ ਸਿੰਘ ਸਿੰਘਣੀਆਂ ਦਾ ਜਿਹੜਾ ਐਕਸਟਰਨਲ ਗੇਟ ਨੌਲੱਖਾ ਬਾਜ਼ਾਰ 'ਚ ਹੈ, ਉਹਦੇ 'ਚ ਖਲੋਤਾ ਹੋਇਆ ਜੀ। ਮੈਂ ਤੁਹਾਨੂੰ ਦੱਸਦਾ ਚੱਲਾਂ ਗੁਰੂ ਪਿਆਰੀ ਸੰਗਤ ਜੀ, ਅਸੀਂ ਇਸ ਵੇਲੇ ਖਲੋਤੇ ਹੋਏ ਹਾਂ ਨਖਾਸ ਚੌਕ, ਜਿਹਨੂੰ ਕਿ ਨੌਲੱਖਾ ਬਾਜ਼ਾਰ ਕਿਹਾ ਜਾਂਦਾ ਸੀ। ਨੌਲੱਖਾ ਬਾਜ਼ਾਰ ਦੇ ਵਿੱਚ ਗੁਰਦੁਆਰਾ ਸ੍ਰੀ ਸ਼ਹੀਦ ਸਿੰਘ ਸਿੰਘਣੀਆਂ, ਜਿੱਥੇ ਕਹਿ ਲਓ ਤੁਸੀਂ ਕਿ ਬੰਦ ਬੰਦ ਕਟਾਏ ਗਏ, ਔਰ ਉਸ ਤੋਂ ਬਾਅਦ ਜਿਹੜੀਆਂ ਬੀਬੀਆਂ ਸਨ ਉਹਨਾਂ ਦੇ ਗਲ ਵਿੱਚ ਬੱਚਿਆਂ ਦੇ ਜਿਹੜੇ ਸਿਰ ਆ ਉਹਨਾਂ ਦੇ ਹਾਰ ਪਵਾਏ ਗਏ, ਉਹਨਾਂ ਕੋਲੋਂ ਨੌ ਨੌ ਮਣ ਜਿਹੜਾ ਉਹ ਦਾਣੇ ਪਸਾਏ ਗਏ। ਇਹ ਉਸ ਗੇਟ ਗੁਰਦੁਆਰੇ ਦਾ ਗੇਟ ਹੈ ਜਿੱਥੇ ਕਿ ਅਸੀਂ ਤੁਹਾਨੂੰ ਥੋੜ੍ਹੀ ਦੇਰ ਪਹਿਲੇ ਲੈ ਕੇ ਆਏ ਸੀ, ਤਾਂ ਕਿ ਕੌਂਟੀਨਿਊਟੀ ਰਹੇ, ਤੁਸੀਂ ਯਾਦ ਰੱਖੋ। ਔਰ ਉਹ ਖੂਹ ਹੈ ਜਿਹਦੇ ਵਿੱਚ ਸ਼ਹੀਦ ਕਰਕੇ ਲੋਕਾਂ ਨੂੰ ਫਿਰ ਸੁੱਟ ਦਿੱਤਾ ਗਿਆ ਸੀ। ਅਤੇ ਗੱਲ ਕਰਦੇ ਹਾਂ ਅਸੀਂ ਭਾਈ ਨਿਸ਼ਾਨ ਸਿੰਘ ਜੀ ਨਾਲ, ਜਿਹੜੇ ਆਸਟ੍ਰੇਲੀਆ ਤੋਂ ਸਾਡੇ ਕੋਲ ਆਏ ਨੇ ਅਤੇ ਇਹ ਇਤਿਹਾਸ ਜਾਣ ਰਹੇ ਨੇ, ਜਿਹੜਾ ਕਿ ਕਿਤਾਬਾਂ ਦੇ ਵਿੱਚ ਪੜ੍ਹਿਆ ਗਿਆ ਸੀ। ਉਹ ਬਾਏ ਨਫਸੇ ਨਫੀਸ ਦੇਖੋ ਤੁਸੀਂ ਹੁਣ ਭਾਈ ਨਿਸ਼ਾਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਧੰਨਵਾਦ ਸਾਡੇ। ਫਿਰ ਆਪਾਂ ਹੁਣੇ ਖੂਹ ਦੇ ਦਰਸ਼ਨ ਕੀਤੇ ਸੀ, ਬਿਲਕੁਲ ਇਸ ਗੇਟ ਦੇ ਨਾਲ ਸੀਗਾ ਜੀ ਜੀ, ਉਹਦੇ ਨਾਲ ਹੀ ਇਹ ਗੇਟ ਆ। ਆਹ ਛੋਟਾ ਜਿਹਾ ਰਸਤਾ ਜਿਹੜੇ ਰਸਤੇ 'ਤੇ ਆਪਾਂ ਚੱਲਣਾ, ਨਾਲੇ ਚੱਲਦੇ ਜਾਂਦੇ ਹਾਂ ਅਤੇ ਨਾਲੇ ਆਪਾਂ ਗੱਲ ਕਰਦੇ ਹਾਂ ਕਿ ਇਹ ਮੇਨ ਬਾਜ਼ਾਰ ਆ ਜੀ, ਇਹ ਨੌਲੱਖਾ ਬਾਜ਼ਾਰ ਹੈ ਜੀ ਲਾਹੌਰ ਦਾ। ਇਹ ਨੌਲੱਖਾ ਬਾਜ਼ਾਰ ਹੈ ਅਤੇ ਨਾਲ ਹੀ ਜਿਹੜਾ ਸ਼ਹੀਦ ਗੰਜ ਜਿੱਥੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ, ਭਾਈ ਤਾਰੂ ਸਿੰਘ ਜੀ ਸ਼ਹੀਦ ਜਿੱਥੇ ਉਹਨਾਂ ਨੇ ਸ਼ਹੀਦੀ ਪਾਈ ਆ, ਉਹ ਆ ਬਿਲਕੁਲ ਨਾਲ ਹੈ। ਹੁਣੇ ਅੰਦਰ ਜਾ ਕੇ ਆਪਾਂ ਸਥਾਨ ਦੇ ਦਰਸ਼ਨ ਕਰਦੇ ਹਾਂ। ਅਜੇ ਇੱਥੇ ਸਿੱਖ ਸੰਗਤਾਂ ਉਨੀਆਂ ਜ਼ਿਆਦੀਆਂ ਨਹੀਂ ਆਉਂਦੀਆਂ ਅਤੇ ਸਾਰੇ ਜਿਹੜੇ ਬੜੀ ਉਤਸੁਕਤਾ ਨਾਲ ਦੇਖਦੇ ਆ ਵੀ ਕੀ ਹੋ ਰਿਹਾ ਵਾ। ਇਹ ਹੈ ਜੀ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ। ਅਸੀਂ ਹੁਣੇ ਪਹਿਲਾਂ ਦਰਸ਼ਨ ਕਰ ਗਏ ਹਾਂ, ਹੁਣ ਸਿਰਫ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਇਹ ਸਥਾਨ ਹੈ ਜੀ ਪੁਰਾਤਨ ਪੁਰਾਤਨ ਨਿਸ਼ਾਨ ਸਾਹਿਬ ਜਿੱਥੇ ਹੁੰਦਾ ਸੀਗਾ, ਹੁਣ ਇਹ ਨਵਾਂ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਹੈ। ਇਹ ਸਥਾਨ ਹੈ ਸ਼ਹੀਦ ਗੰਜ। ਠੀਕ ਹੈ ਜੀ। ਅੱਛਾ ਜੀ, ਜਿਸ ਸਥਾਨ ਤੋਂ ਆਪਾਂ ਦਰਸ਼ਨ ਕਰਕੇ ਆਏ ਹਾਂ ਜੀ, ਜਿਹੜਾ ਸ਼ਹੀਦ ਗੰਜ ਸਿੰਘ ਸਿੰਘਣੀਆਂ ਸੀਗਾ, ਉਹ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਵਿਛੜੇ ਗੁਰਦੁਆਰਾ ਗੁਰਧਾਮ ਜਿਹੜੀ ਪੁਸਤਕ ਆ, ਉਹਦੇ ਵਿੱਚ ਲਿਖਿਆ ਗਿਆ ਕਿ 2.5 ਲੱਖ ਦੇ ਕਰੀਬ ਸਿੰਘ ਸਿੰਘਣੀਆਂ ਇਸ ਇਲਾਕੇ ਦੇ ਵਿੱਚ ਸ਼ਹੀਦ ਕੀਤੇ ਗਏ ਆ। ਸੋ ਜਿਹੜਾ ਸਥਾਨ ਆਪਾਂ ਹੁਣੇ ਦਰਸ਼ਨ ਕਰਕੇ ਹਟੇ ਸੀ, ਉਦੋਂ ਮੈਂ ਭੁੱਲ ਗਿਆ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਉਹਦੀ ਇੰਨੀ ਮਹੱਤਤਾ ਕਿ 2.5 ਲੱਖ ਇੱਕ ਜੋ ਕੋਈ 100 ਜਾਂ 1000 ਤੱਕ ਨਹੀਂ, 2.5 ਲੱਖ ਸਿੰਘ ਸਿੰਘਣੀਆਂ ਬੱਚੇ ਜਿਹੜੇ ਆ ਉਸ ਥਾਂ 'ਤੇ ਸ਼ਹੀਦ ਹੋਏ ਆ। ਸੋ ਸਾਡੇ ਧੰਨ ਭਾਗ ਜਿਹੜੇ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਹ ਭਾਈ ਤਾਰੂ ਸਿੰਘ ਜੀ ਦਾ ਸਥਾਨ ਹੈ ਜੀ, ਆ ਜਾਓ। ਭਾਈ ਤਾਰੂ ਸਿੰਘ ਜੀ ਨੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਸਿੱਖੀ ਜਿਹੜੀ ਉਹ ਕੇਸਾਂ ਅਤੇ ਸਵਾਸਾਂ ਦੇ ਨਾਲ ਕਿੱਦਾਂ ਨਿਭਾਉਣੀ। ਹਾਂਜੀ, ਉਹਨਾਂ ਕੋਲ ਆਪਸ਼ਨ ਸੀਗੀ ਕੇਸ ਰੱਖ ਲਓ ਜਾਂ ਸਵਾਸ ਰੱਖ ਲਓ। ਹਾਂਜੀ, ਪਰ ਉਹਨਾਂ ਨੇ ਕਿਹਾ ਤੁਸੀਂ ਖੋਪੜ ਉਤਾਰ ਲਓ, ਸਵਾਸ ਲੈ ਲਓ, ਕੋਈ ਗੱਲ ਨਹੀਂ। ਇਹ ਸਥਾਨ ਹੈ ਜੀ, ਇਸੇ ਸਥਾਨ 'ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਬੋਰਡ ਵੀ ਲੱਗਾ ਹੋਇਆ 1745 ਦੇ ਵਿੱਚ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ, ਪਰ ਫਿਰ ਵੀ ਅੱਗੇ ਦਰਸ਼ਨ ਕੀਤੇ, ਨਮਸਕਾਰ ਕੀਤੀ, ਆਪਣੇ ਆਪ ਨੂੰ ਧੰਨ ਭਾਗ ਸਮਝਿਆ ਕਿ ਜਿਸ ਸਥਾਨ 'ਤੇ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਦਿੱਤੀ ਹੈ ਉਸ ਸਥਾਨ 'ਤੇ ਮੈਂ ਮੱਥਾ ਟੇਕ ਸਕਦਾ। ਸੰਗਤ ਜੀ, ਇੱਥੇ ਨਮਸਕਾਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ। ਵੈਸੇ ਭਾਵੇਂ ਸਿੱਖ ਨੂੰ ਹੁਕਮ ਹੈ ਕਿ ਜਾਗਤ ਜੋਤ ਜਪੈ ਨਿਤਸ ਬਾਸੁਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮੱਠ ਭੂਲ ਨਾ ਮਾਨੈ।
ਉੱਥੇ ਨਹੀਂ ਅਸੀਂ ਨਮਸਕਾਰ ਕਰਨੀ, ਪਰ ਇਹ ਉਹ ਸਥਾਨ ਹੈ ਜਿੱਥੇ ਸ਼ਹੀਦੀ, ਇੱਥੇ ਕੋਈ ਆਪਣੀ ਉਹਨਾਂ ਦੀ ਕੋਈ ਉੱਦਾਂ ਨਹੀਂ ਬਣਿਆ ਹੋਇਆ, ਇਹ ਸਥਾਨ ਹੈ ਜਿੱਥੇ ਸ਼ਹੀਦੀ ਉਹਨਾਂ ਨੇ ਦਿੱਤੀ ਆ, ਪ੍ਰਤੱਖ ਬੈਠ ਕੇ ਆਪਣੇ ਗੁਰੂ ਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਸੀਗਾ ਉਹਦਾ ਉਹਨਾਂ ਇਗਜ਼ਾਮ ਪਾਸ ਕੀਤਾ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਵੀ ਇਹੋ ਜਿਹੇ ਇਗਜ਼ਾਮ ਜੇ ਜ਼ਿੰਦਗੀ 'ਚ ਪੈਣ ਅਸੀਂ ਵੀ ਪਾਸ ਕਰ ਸਕੀਏ, ਸਾਡੀ ਵੀ ਜਿਹੜੀ ਸਿੱਖੀ ਆ ਉਹ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭ ਸਕੇ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਦਰਸ਼ਨ ਕਰੋ ਗੁਰੂ ਪਿਆਰੀ ਸੰਗਤ ਜੀ, ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ, ਲਾਹੌਰ ਨਲੱਖਾ ਬਾਜ਼ਾਰ, ਔਰ ਵਕਫ ਬੋਰਡ ਜਿਹੜੀ ਹੈ ਇਹਦੀ ਕੇਅਰ ਟੇਕਿੰਗ ਕਰ ਰਹੀ ਹੈ ਔਰ ਪ੍ਰੋਪਰ ਤੌਰ ਦੇ ਉੱਤੇ ਇਹਦੀ ਦੇਖ ਰੇਖ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਥੇ ਬਕਾਇਦਾ ਤੌਰ 'ਤੇ ਕੇਅਰ ਟੇਕਰ ਵੀ ਨੇ, ਕਿਉਂਕਿ ਗੁਰਦੁਆਰਾ ਸਾਹਿਬ ਕੋਲ ਹੋਣ ਦੇ ਲਾਗੇ ਸੰਗਤ ਸੁਬਹਾ ਸ਼ਾਮ ਜਿਹੜੀ ਹੈ ਉਹ ਇੱਥੇ ਆਉਂਦੀ ਹੈ ਅਰਦਾਸ ਬੇਨਤੀ ਕਰਨ ਵਾਸਤੇ। ਔਰ ਭਾਈ ਜੀ ਵੀ ਆਏ ਆ ਔਰ ਇਹਨਾਂ ਨੇ ਆ ਕੇ ਪਹਿਲੇ ਆਪਣਾ ਜੋ ਸਿੱਖ ਰਹਿਤ ਮਰਿਆਦਾ ਦੇ ਤਹਿਤ ਅੱਗੇ ਪਹਿਲੇ ਸਿੱਖਾਂ ਨੂੰ, ਸ਼ਹੀਦਾਂ ਨੂੰ ਆ ਕੇ ਇੱਥੇ ਆ ਕੇ ਇਹਨਾਂ ਨੇ ਨਮਸਕਾਰ ਸਲਾਮ ਪੇਸ਼ ਕੀਤਾ, ਫਿਰ ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ। ਤੁਸੀਂ ਗੁਰੂ ਪਿਆਰੀ ਸੰਗਤ ਜੀ ਦੇਖ ਰਹੇ ਹੋ ਸ਼ਹੀਦੀ ਸਥਾਨ ਭਾਈ ਤਾਰੂ ਸਿੰਘ ਲਾਹੌਰ ਦੇ ਵਿੱਚ, ਕਹਿ ਲਓ ਤੁਸੀਂ ਨਲੱਖਾ ਬਾਜ਼ਾਰ ਵਿੱਚ। ਇਸ ਸ਼ਹੀਦੀ ਸਥਾਨ ਦੇ ਚਾਰ ਦਰਵਾਜ਼ੇ ਨੇ ਔਰ ਸਮਾਧੀ ਦੇ, ਔਰ ਉਹਨਾਂ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਆ ਦੇਖੋ ਤੁਸੀਂ ਚੌਖਟ ਦੀ ਟਹਿਲ ਸੇਵਾ ਕਰਵਾਈ ਜਿਹੜੀ ਹੈ, ਸੇਵਾ ਜਿਹੜੀ ਹੈ ਉਹ ਵੀ ਲਿਖੀ ਹੋਈ ਹੈ ਬਕਾਇਦਾ ਤੌਰ 'ਤੇ। ਠੀਕ ਹੈ ਜੀ, ਉਮੀਦ ਹੈ ਜੀ ਭਾਈ ਨਿਸ਼ਾਨ ਸਿੰਘ ਜੀ ਦੇ ਨਾਲ ਨਾਲ ਤੁਸੀਂ ਵੀ ਇਹਨਾਂ ਜਗ੍ਹਾ ਦੇ ਜਿਹੜੇ ਨੇ ਦਰਸ਼ਨ ਦੀਦਾਰੇ ਕਰੋਗੇ, ਔਰ ਇਹ ਉਪਰਾਲਾ ਸ਼ਾਹਿਦ ਸ਼ਬੀਰ ਆਫਿਸ਼ੀਅਲ ਵੱਲੋਂ ਕੀਤਾ ਜਾ ਰਿਹਾ ਔਰ ਭਾਈ ਨਿਸ਼ਾਨ ਸਿੰਘ ਜੀ ਵੱਲੋਂ। ਸੋ ਪਲੀਜ਼ ਨਾਲ ਦੀ ਨਾਲ ਜਿਹੜੀ ਹੈ ਵੀਡੀਓ ਨੂੰ ਓਰੀਜਨਲ ਲਿੰਕ ਦੇ ਨਾਲ ਨਾਲ ਜਿਹੜਾ ਤੁਸੀਂ ਸ਼ੇਅਰ ਕਰਦੇ ਚੱਲੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਗੁਰਪਿਆਰੀ ਸੰਗਤ ਜਿਹੜੀ ਆਲ ਓਵਰ ਦਾ ਵਰਲਡ ਬੈਠੀ ਹੋਈ ਹੈ, ਜਿਹੜੇ ਕਿ ਖੁੱਲ੍ਹੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੇ, ਉਹਨਾਂ ਲੋਕਾਂ ਨੂੰ ਦਰਸ਼ਨ ਦੀਦਾਰਨ ਕਰਨ ਦਾ ਮੌਕਾ ਮਿਲੇ। ਅਤੇ ਲਿਹਾਜ਼ਾ ਬਹੁਤ ਸਮਾਂ ਤੋਂ ਫੋਟੋਆਂ 'ਚ ਦੇਖੇ ਹੋਏ ਸੀ ਇਹ ਸਥਾਨ, ਫੋਟੋ ਪੁਰਾਣੀ ਦੇਖੀ ਹੋਈ ਸੀਗੀ, ਅੱਜ ਇੱਥੇ ਆ ਕੇ ਖਲੋ ਕੇ ਬਹੁਤ ਔਖਾ ਕਿ ਆਪਣਾ ਜਿਹੜਾ ਫੀਲਿੰਗ ਉਹਨੂੰ ਸ਼ੇਅਰ ਕਰਨਾ ਬਹੁਤ ਔਖਾ ਕਿ ਮੈਂ ਕਿੱਦਾਂ ਫੀਲ ਕਰ ਰਿਹਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਵੀਰ ਜੀ, ਤੁਸੀਂ ਇਤਿਹਾਸ 'ਤੇ ਵੀ ਥੋੜ੍ਹੀ ਜਿੰਨੀ ਜਿਹੜੀ ਹੈ ਚਾਨਣ ਪਾਈ ਹੈ, ਹੋਰ ਉੱਦਾਂ ਵੀ ਤੁਸੀਂ ਦੱਸਿਆ ਕਿ ਇੱਥੇ ਕੀ ਵਰਤੀ ਹੈ, ਕਿਉਂਕਿ ਮੁਖਤਲਿਫ ਹਿਸਟੋਰੀਅਨ ਮੁਖਤਲਿਫ ਤਵਾਰੀਖਦਾਨ ਜਿਹੜੇ ਹੈ ਉਹ ਮੁਖਤਲਿਫ ਸਟੋਰੀਜ਼ ਜਿਹੜੀਆਂ ਨੇ ਇਹਦੇ ਮੁਤਲਕ, ਅਗਰ ਤੁਸੀਂ ਬਹੁਤ ਜ਼ਿਆਦਾ ਮਾਲੂਮਾਤ ਜਾਣਨਾ ਚਾਹੁੰਦੇ ਹੋ ਤਾਂ ਪੇਜ ਦੇਖੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਟਿਲ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਲੈ ਕੇ ਔਰ 1935 ਤੱਕ ਦਾ ਜਿਹੜਾ ਪੂਰਾ ਕੇਸ ਹੈ ਇਸ ਜਗ੍ਹਾ ਦੇ ਮੁਤਲਕ ਜਾਂ ਭਾਈ ਤਾਰੂ ਸਿੰਘ ਸ਼ਹੀਦ ਦੇ ਮੁਤਲਕ ਜਿਹੜੀ ਹੈ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਏਗੀ। ਠੀਕ ਹੈ ਜੀ, ਬਹੁਤ ਜ਼ਿਆਦਾ ਸਾਰੇ ਲੋਕਾਂ ਦੇ ਸਵਾਲ ਲਾਈਵ ਔਨਲਾਈਨ ਆਉਂਦੇ ਹੈ, ਮੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਮੇਰੀ ਉਹ ਰਿਸਰਚ ਹੈ ਜਿਹਦੇ ਮੈਂ 15 ਪੱਖ ਜਿਹੜੇ ਨੇ ਰਿਸਰਚ ਕਰਕੇ ਪਾਏ ਨੇ, ਪਲੀਜ਼ ਕਾਇੰਡਲੀ ਤੁਸੀਂ ਸਾਰੇ ਜਵਾਬ ਉੱਥੋਂ ਲੈ ਸਕਦੇ ਹੋ ਕਿ 1935 ਤੱਕ 1935 ਦੇ ਵਿੱਚ ਜਿਹੜਾ ਵੱਡਾ ਮਾਮਲਾ ਹੋਇਆ ਸੀ ਔਰ ਬ੍ਰਿਟਿਸ਼ ਸਰਕਾਰ ਨੂੰ ਪੂਰਾ ਲਾਹੌਰ ਸੀਲ ਕਰਨਾ ਪਿਆ ਸੀ,
प्लीज़ वो सारी संगत नूं गुजारिश है, पेज है सेव हिस्टोरिकल प्लेसिस ऑफ पाकिस्तान और उत्थे उन्हां दा पूरा केस पिया होया जी जिहड़ा ब्रिटिश दौर च भी चलदा रहा। ठीक है जी, रब रखा, फिर मिलते हैं किसी होर स्थान दे नाल।